ਅੰਮ੍ਰਿਤਸਰ ਵਿੱਚ ਇੱਕ ਸ਼ਰਾਬੀ ਡਰਾਈਵਰ ਨੇ ਇੱਕ ਆਟੋ ਨੂੰ ਟੱਕਰ ਮਾਰ ਕੇ 3 ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਗੱਡੀ ਦਾ ਡਰਾਈਵਰ ਆਪਣੇ ਆਪ ਨੂੰ ਸੋਫੀ ਦੱਸ ਰਿਹਾ ਸੀ, ਲੇਕਿਨ ਬਾਈਟ ਦਿਨ ਦੇ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦਾ ਡਰਾਈਵਰ ਨੇ ਸ਼ਰਾਬ ਪੀਤੀ ਹੈ ਜਾਂ ਨਹੀਂ। ਹੈਂ, ਪਿੰਡ ਕਿਹੜਾ ਜੀ? ਕੰਮ ਕੀ ਕਰਦਾ? ਦੱਸਦਾ ਨੀ ਪਿਆ। ਉਹ ਕਿਹੜਾ ਡਿਪਾਰਟਮੈਂਟ ਹੈ ਤੇਰਾ? ਸੁਵਿਧਾ ਸੈਂਟਰ। ਹੈਂ, ਸੁਵਿਧਾ ਸੈਂਟਰ। ਮੇਰਾ ਨਾਮ ਦਿਲਪ੍ਰੀਤ। ਹੈਂ, ਕਿੱਥੋਂ ਦੀ ਆਏ ਜੇ ਭਾਈ? ਹਾਂਜੀ ਸਰ ਜੀ, ਕੀ ਨਾਮ ਆਪਣਾ? ਦਿਲਪ੍ਰੀਤ। ਆ ਕੀ ਹੈ, ਐਕਸੀਡੈਂਟ ਹੋਇਆ ਤੇ? ਨਹੀਂ ਨਹੀਂ। ਹੈਂ, ਕੋਈ ਨਹੀਂ। ਆ ਗੱਡੀ ਤੁਸੀਂ ਮਾਰੀ ਇਹਦੇ ਵਿੱਚ, ਟੈਂਪੂ ਦੇ ਵਿੱਚ? ਕੋਈ ਨਹੀਂ ਮਾਰੀ। ਹੈਂ, ਕਿੱਥੋਂ ਦੀ ਆਏ ਜੇ? ਹੈਂ, ਕਿੱਥੋਂ ਦੀ ਆਏ ਜੇ? ਆਪਾਂ ਨੰਡਿਆਲੇ। ਹਾਂਜੀ, ਨੰਡਿਆਲੇ ਤੋਂ। ਇੱਧਰ ਕਿੱਧਰ ਆਏ ਜੇ? ਹੈਂ, ਇੱਧਰ ਨੂੰ ਕਿੱਧਰ ਆਏ ਜੇ? ਆਪਾਂ ਅਟਾਰੀ ਨੂੰ ਚੱਲੇ। ਹੈਂ, ਅਟਾਰੀ ਨੂੰ। ਵਰਿੰਦਰ ਸ਼ਰਮਾ ਜੀ। ਹਾਂਜੀ, ਕੀ ਗੱਲ ਹੈ ਜੀ? ਭਾਈ, ਉਹ ਆਟੋ ਜਾ ਰਿਹਾ ਸੀ, ਮਗਰ ਉਹ ਆਇਆ ਗੱਡੀ ਵਾਲਾ, ਉਹਨੇ ਵਿੱਚ ਗੱਡੀ ਮਾਰੀ ਆ, ਫਿਰ ਪਿੱਛੇ ਹੋਈ ਆ, ਫਿਰ ਵਿੱਚ ਗੱਡੀ ਮਾਰੀ ਆ। ਸ਼ਰਾਬ ਉਹਨੇ ਬਹੁਤ ਪੀਤੀ ਸੀ। ਕਿੱਥੋਂ ਦਾ ਬੰਦਾ ਸੀ, ਕਿੰਨੀਆਂ ਸਵਾਰੀਆਂ? ਭਾਈ, ਸਵਾਰੀ ਭਾਈ 3-4 ਹੈਗੀਆਂ ਸੀ, ਅਤੇ ਹੁਣ ਪਤਾ ਨਹੀਂ ਕਿੰਨੇ ਨੂੰ ਕਿੰਨੀ ਸੱਟ ਲੱਗੀ ਆ। ਉਹ ਤਾਂ ਹੋਸਪਿਟਲ ਗਏ ਨੇ, ਜਾ ਕੇ ਵੇਚਦੇ ਨੇ, ਫਿਰ ਦੱਸਾਂਗੇ ਤੁਹਾਨੂੰ। ਕੋਈ ਮਰਿਆ ਤਾਂ ਨਹੀਂ? ਨਹੀਂ ਨਹੀਂ, ਹਜੇ ਤਾਂ ਬਚਾਈ ਆ, ਬਚਾਈ ਬਚਾਈ। ਟੱਕਰ ਲੱਗਣ ਤੋਂ ਬਾਅਦ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਦਾ ਕਹਿਣਾ ਹੈ ਕਿ ਡਰਾਈਵਰ ਦੀ ਸ਼ਰਾਬ ਪੀਤੀ ਹੋਈ ਸੀ। ਮੇਰਾ ਨਾਮ ਰਾਜਪਿੰਦਰ ਕੌਰ ਹੈ। ਹਾਂਜੀ, ਕੀ ਗੱਲ ਹੋਈ? ਅਸੀਂ ਆਟੋ 'ਚ ਜਾਂਦੇ ਪਏ ਸੀ, ਪਿੱਛੋਂ ਕਾਰ ਵਾਲੇ ਨੇ ਟੱਕਰ ਮਾਰੀ, ਔਰ ਸਾਡਾ ਆਟੋ ਉਲਟ ਗਿਆ, ਤਾਂ ਮੈਂ ਮੇਰੀ ਲੱਤ ਥੱਲੇ ਆ ਗਈ, ਆਟੋ ਦੇ ਥੱਲੇ ਆ ਗਈ ਮੇਰੀ ਲੱਤ। ਕਿੱਥੋਂ ਦੀ ਆਏ ਸੀ ਤੇ ਕਿੱਥੇ ਚੱਲੇ ਤੁਸੀਂ? ਮੈਂ ਹਾਲ ਗੇਟ ਆਫ ਜੋਬ ਤੋਂ ਆਈ ਸੀ ਔਰ ਘਰ ਚੱਲੀ ਸੀ। ਕਿਹੜੀ ਜਗ੍ਹਾ ਤੇ? ਵਡਾਲੀ। ਕਿੱਥੇ ਕਰਕੇ ਐਕਸੀਡੈਂਟ ਹੋਇਆ? ਕਿੰਨੀਆਂ ਸਵਾਰੀਆਂ ਸੀ ਵਿੱਚ? 3 ਸਵਾਰੀਆਂ ਸੀ ਅਸੀਂ। ਅੱਛਾ, ਕਿੰਨੇ ਕਿਨੂੰ ਜ਼ਖਮੀ ਹੋਇਆ? ਇੱਕ ਮੈਂ, ਇੱਕ ਔਰ ਅੰਕਲ ਆ, ਉਹ ਦੀਦੀ ਪਤਾ ਨਹੀਂ, ਦੀਦੀ ਦਾ ਪਤਾ ਨਹੀਂ ਹੈ, ਦੀਦੀ ਦਾ ਨਹੀਂ ਪਤਾ। ਨਰਿੰਦਰਪਾਲ ਸਿੰਘ। ਕਿੱਥੋਂ ਆਏ ਸੀ? ਇਹ ਸਿੰਘਪੁਰਾ ਤੋਂ। ਕਿੱਥੇ ਚੱਲੇ? ਆਪਦੇ ਇੱਥੇ ਰਹਿੰਦੇ, ਸੰਧੂ ਕਲੋਨੀ। ਕੀ ਗੱਲ ਹੋਈ? ਪਤਾ ਨਹੀਂ, ਮਗਰੋਂ ਹੀ ਆਣ ਕੇ ਮਾਰੀ ਗੱਡੀ। ਕਿਹਦਾ ਕਸੂਰ ਮੰਨਦੇ ਤੁਸੀਂ? ਗੱਡੀ ਵਾਲੇ ਦਾ। ਪ੍ਰਸ਼ਾਸਨ ਨੂੰ ਕੀ ਮੰਗ ਕਰਦੇ? ਹਾਂਜੀ, ਪ੍ਰਸ਼ਾਸਨ ਨੂੰ ਕੀ ਮੰਗ ਕਰਦੇ? ਇਹ ਵੇਖੋ ਹੁਣ ਕੀ ਚਾਹੀਦਾ ਉਹਨੂੰ। ਦੂਜੇ ਪਾਸੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਯੁਵਕ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਅਸੀਂ ਤਾਂ ਮੌਕੇ 'ਤੇ ਪਹੁੰਚੇ ਹਾਂ, ਵੇਖਦੇ ਪਏ ਹਾਂ, ਕਹਿੰਦੇ ਸਵਾਰੀਆਂ ਸੱਟਾਂ ਲੱਗੀਆਂ, ਵੇਖਦੇ ਲੱਭਦੇ ਹਾਂ ਕਿਹੜੇ ਹੋਸਪਿਟਲ 'ਚ ਦਾਖਲ ਨੇ। ਇਹ ਸਰ ਗੱਡੀ ਕਿੱਥੋਂ ਦੀ ਗੱਡੀ ਹੈ? ਇਹ ਗੱਡੀ ਅਜੇ ਪੈਰਵੀ ਕਰਦੇ ਪਏ ਹਾਂ, ਪੁੱਛਦੇ ਪਏ, ਸਾਰੀ ਇਨਕੁਆਇਰੀ ਕਰਦੇ ਹਾਂ। ਗੱਡੀ ਵਾਲੇ ਨੇ ਸ਼ਰਾਬ ਪੀਤੀ ਹੈ? ਹਾਂ, ਪੀਤੀ ਹੈ। ਕਿੰਨੀ ਕੁ ਪੀਤੀ ਹੈ? ਇਹ ਨਹੀਂ ਮੈਨੂੰ ਪਤਾ ਕਿੰਨੀ ਪੀਤੀ ਹੈ, ਮੈਂ ਸੰਘਿਆ ਅਤੇ ਸਮੈਲ ਆਉਂਦੀ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।